ਜਿੰਨਾ ਹੀ ਸੋਹਣਾ ਆਪਣਾ ਪੰਜਾਬ, ਉਨੇ ਹੀ ਸੋਹਣੇ ਪੰਜਾਬ ਦੇ ਪਿੰਡ। ਅੱਜ ਆਪਾਂ ਦੁਆਬੇ ਏਰੀਏ ਦਾ ਇਹੋ ਜਿਹੇ ਇੱਕ ਸੋਹਣੇ ਪਿੰਡ ਦੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ, ਜਿਹਦਾ ਨਾਮ ਹੈ ਬੰਡਾਲਾ। ਇਹਦਾ ਜ਼ਿਲ੍ਹਾ ਜਲੰਧਰ ਦੇ ਵਿੱਚ ਆਉਂਦਾ ਹੈ, ਅਤੇ ਜਦੋਂ ਇਹ ਜਿਹੜਾ ਤੁਸੀਂ ਰੋਡ ਤੋਂ ਅਸੀਂ ਜਾ ਰਹੇ ਹੋ, ਇਹ ਗੁਰਾਇਆ ਰੋਡ ਹੈ, ਗੁਰਾਇਆ ਤੋਂ ਜੜਿਆਲਾ ਰੋਡ ਹੈ, ਉਸ ਦੇ ਰਾਹ 'ਚ ਆਉਂਦਾ ਹੈ ਬੰਡਾਲਾ। ਅਤੇ ਇੱਥੇ ਨਾਲ ਹੀ ਆਪਣੇ ਖੱਬੇ ਹੱਥ ਹੈ ਦਾਣਾ ਮੰਡੀ, ਅਤੇ ਉਸ ਤੋਂ ਅੱਗੇ ਅੱਗੇ ਕੀ ਆਉਂਦਾ ਹੈ ਅਤੇ ਤੁਹਾਨੂੰ ਅੱਜ ਸਾਰਾ ਹੀ ਪਿੰਡ ਦੀ ਅੱਜ ਜਾਣਕਾਰੀ ਦੇਵਾਂਗੇ। ਅਤੇ ਬਹੁਤ ਹੀ ਸੋਹਣਾ ਪਿੰਡ ਆ, ਮੈਂ ਸਾਰਾ ਹੀ ਘੁੰਮ ਕੇ ਆਇਆ ਅਤੇ ਬਹੁਤ ਹੀ ਤੁਹਾਨੂੰ ਵੀਡੀਓ ਦੇਖ ਕੇ ਇਹ ਵਧੀਆ ਲੱਗੂਗਾ। ਪਿੰਡ ਐਂਟਰ ਹੋਣ ਤੋਂ ਪਹਿਲਾਂ ਹੀ ਦਾਣਾ ਮੰਡੀ ਦੇ ਨਾਲ ਹੀ ਸਿਬਲ ਪਸ਼ੂ ਹਸਪਤਾਲ ਹੈ। ਇੱਥੇ ਸਾਨੂੰ ਇੱਕ ਅੰਕਲ ਜੀ ਮਿਲੇ ਸੀ ਅਤੇ ਉਹਨਾਂ ਨੇ ਸਾਨੂੰ ਇਹਦੀ ਜਾਣਕਾਰੀ ਦਿੱਤੀ, ਅਤੇ ਉਹਦੇ ਪਿੱਛੇ ਹੀ ਸ਼ਹੀਦ ਭਗਤ ਸਿੰਘ ਸਟੇਡੀਅਮ ਹੈ ਅਤੇ ਸੀਨੀਅਰ ਸੈਕੰਡਰੀ ਸਕੂਲ। ਚਲੋ ਹੁਣ ਆਪਾਂ ਚੱਲਦੇ ਹਾਂ ਪਿੰਡ ਵੱਲ। ਅਤੇ ਇਹ ਪਿੰਡ ਦਾ ਮੇਨ ਅੱਡਾ ਆ, ਇਹ ਆਪਾਂ ਤੁਹਾਨੂੰ ਆਉਂਦੇ ਹੋਏ ਦਿਖਾਵਾਂਗੇ। ਅਤੇ ਇੱਧਰ ਆਪਾਂ ਹੁਣ ਫਿਰਨੀ ਅਤੇ ਉੱਪਰ 'ਤੇ ਜਾ ਕੇ ਸਾਰਾ ਪਿੰਡ ਤੁਹਾਨੂੰ ਦਿਖਾਉਂਦੇ ਹਾਂ। ਇਹ ਆ ਪਿੰਡ ਦਾ ਬਹੁਤ ਹੀ ਸੋਹਣਾ ਹਰੀਦਾਮ ਮੰਦਰ।
ਉੱਥੋਂ ਹੁਣ ਸੱਜੇ ਹੱਥ ਮੁੜ ਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਸ਼੍ਰੀ ਵਿਸ਼ਵਕਰਮਾ ਮੰਦਰ ਅਤੇ ਨਗੇਸ਼ਵਰ ਮੰਦਰ। ਅਤੇ ਹੁਣ ਤੁਸੀਂ ਸੱਜੇ ਹੱਥ ਦੇਖ ਰਹੇ ਹੋ ਬਡਾਲੇ ਦੀ GNA ਫੈਕਟਰੀ, ਜੋ ਕਿ ਬਹੁਤ ਹੀ ਪੁਰਾਣੀ ਅਤੇ ਫੇਮਸ ਹੈ। ਇੱਥੋਂ ਦੂਰ ਦੂਰ ਤੋਂ ਲੋਕ ਇੱਥੇ ਕੰਮ ਕਰਨ ਆਉਂਦੇ ਨੇ। ਆ ਜਾਓ ਹੁਣ ਤੁਹਾਨੂੰ ਘੁਮਾਉਂਦੇ ਹਾਂ ਪਿੰਡ ਦੀਆਂ ਗਲੀਆਂ।
उम्मीद है कि थानू अज की यह वीडियो पसंद आई होगी। इदां दी ही होर वीडियो देखने लिए चैनल नू सबसक्राइब कर लो। जल्दी थोड़े लिए लेके आवांगे असीं होर प्यारियां प्यारियां वीडियो।